ਵੀ ਜਿਹੜੇ ਬੰਦੇ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਹੋਵੇ ਉਸ ਦੀ ਘਰ ਵਾਲੀ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਪੁਲਿਸ ਦੀ। ਸੋ ਗੁਲਾਮੀ ਕੀ ਹੈ? ਜਿਹੜਾ ਬੰਦਾ ਗੁਰੂ ਦੀ ਬੇਅਦਬੀ ਕਰਦਾ ਉਹਨੂੰ ਜੇ ਤੇ ਉਹ ਸਿੱਖ ਨੂੰ ਜਿਉਂਦਾ ਛੱਡ ਦਿੰਦੇ ਨੇ ਉਹਨੂੰ ਜ਼ਮਾਨਤ ਮਿਲਦੀ ਹੈ ਤੇ ਨਾਲ ਹਕੂਮਤ ਉਹਨੂੰ ਗਨਮੈਨ ਸਿਕਿਉਰਿਟੀ ਗਾਰਡ ਦਿੰਦੀ ਹੈ। ਜਿਹੜੇ ਬੰਦੇ ਨੂੰ ਸਿੱਖ ਸੋਧਾ ਲਾ ਦੇਣ ਹਕੂਮਤ ਉਹਦੇ ਪਰਿਵਾਰ 'ਚੋਂ ਕਿਸੇ ਨਾ ਕਿਸੇ ਨੂੰ ਨੌਕਰੀ ਦਿੰਦੀ ਹੈ। ਸੋ ਇਹਦਾ ਅਰਥ ਇਹ ਹੈ ਵੀ ਹਕੂਮਤ ਆਪ ਬੇਅਦਬੀ ਕਰਾ ਰਹੀ ਹੈ। ਧੀਆਂ ਭੈਣਾਂ ਦੀ ਬੇਪਤੀ ਕਰਨ ਦੇ ਇਲਜ਼ਾਮ ਸਾਬਤ ਹੋ ਗਏ ਉਸ ਡੇਰੇ ਨਾਲ ਮੌੜ ਜਿਹੜਾ ਬੰਬ ਧਮਾਕਾ ਹੋਇਆ ਇਹਦੀਆਂ ਤਾਰਾਂ ਜੁੜੀਆਂ ਨੇ ਉਹਦੇ ਵਿੱਚ ਸਾਬਤ ਹੋ ਗਿਆ ਵੀ ਬੰਬ ਉੱਥੇ ਬਣਿਆ ਸੀ ਕਾਰ ਉੱਥੋਂ ਦੀ ਵਰਤੀ ਗਈ ਹੈ। ਉਸ ਬੰਦੇ ਨੂੰ 40-40 ਦਿਨ ਦੀ ਪਰੋਲ ਮਿਲਦੀ ਹੈ ਅਤੇ ਜਿਹੜੇ ਸਿੱਖ ਬੰਦੀ ਸਿੰਘ ਨੇ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਨਹੀਂ ਮਿਲਦੀ ਚਾਹੇ ਉਹਨਾਂ ਦੀ ਮਾਂ ਮਰ ਜਾਵੇ ਉਹਦੇ ਸੰਸਕਾਰ ਦੇ ਉੱਤੇ ਆਉਣ ਦੀ ਇਜਾਜ਼ਤ ਨਹੀਂ ਦਿੰਦੇ। ਸੋ ਗੁਲਾਮੀ ਦੀ ਹੋਰ ਕੀ ਨਿਸ਼ਾਨੀ ਹੋ ਸਕਦੀ?